अस्सलाम वालेकुम दोस्तों, मैं हां ਤੁਹਾਡਾ ਆਪਣਾ ਵੀਰ ਵਹੀਦ ਇਕਬਾਲ। ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਆਇਆ। ਉਹਦੀ ਵਜ੍ਹਾ ਇਹ ਵਾ ਕਿ ਐਗਜ਼ਾਮ ਸਾਡੇ ਕਰੀਬ ਆ ਗਏ ਨੇ, ਕਿਉਂਕਿ ਜਨਵਰੀ ਦੇ ਵਿੱਚ ਐਗਜ਼ਾਮ ਨੇ, ਲੇਕਿਨ ਐਮਬੀਬੀਐਸ ਦੇ ਐਗਜ਼ਾਮ ਐਵੇਂ ਲੱਗਦੇ ਨੇ ਕਿ ਜਿਵੇਂ ਕੱਲ ਹੀ ਤੁਹਾਡੇ ਸਿਰ ਤੇ ਆਏ ਪਏ ਨੇ। ਇੱਕ ਤਰਫ ਬਾਪੂ ਦਾ ਪ੍ਰੈਸ਼ਰ ਹੈ, ਦੂਸਰੀ ਤਰਫ ਆ ਜਾਂਦਾ ਜੀ ਸੀਨੀਅਰ। ਉਹਨਾਂ ਨੇ ਬਹੁਤ ਜ਼ਿਆਦਾ ਪੰਪ ਕੀਤਾ ਹੋਇਆ ਕਿ ਬਹੁਤ ਅਗਰ ਐਗਜ਼ਾਮ ਨਾ ਅਗਰ ਤਿਆਰੀ ਕਰੋਗੇ ਤਾਂ ਬਹੁਤ ਜ਼ਿਆਦਾ ਇਹ ਤਾਂ ਸਿਰ ਤੇ ਪੈ ਜਾਂਦੇ ਨੇ ਐਂਡ ਤੇ ਆ ਕੇ। ਫਿਰ ਵੀ ਸਾਰੇ ਕੰਮ ਛੱਡ ਕੇ ਮੈਂ ਤੁਹਾਡੇ ਵਾਸਤੇ ਵੀਡੀਓ ਸ਼ੂਟ ਕਰਨ ਆਇਆ ਵਾਂ ਕਿ ਮੈਂ ਆਪਣੇ ਕਾਲਜ ਆ ਕੇ ਆਪਣੇ ਕਾਲਜ ਦਾ ਪੂਰੇ ਦਾ ਨਜ਼ਾਰਾ ਤੁਹਾਨੂੰ ਵਿਖਾਉਣਾ ਕਿ ਇੱਕ ਮੈਡੀਕਲ ਕਾਲਜ ਇੱਕ ਕਿਵੇਂ ਦਾ ਹੁੰਦਾ ਵਾ, ਤੁਹਾਨੂੰ ਵਿਖਾਉਣਾ ਕਿ ਲੈਕਚਰ ਹਾਲ ਕਿਵੇਂ ਦੇ ਹੁੰਦੇ ਨੇ, ਆਡੀਟੋਰੀਅਮ ਕਿਵੇਂ ਦਾ ਹੁੰਦਾ ਇਹਦੇ ਵਿੱਚ, ਅਤੇ ਉਸ ਤੋਂ ਬਾਅਦ ਡਾਈਸੈਕਸ਼ਨ ਹਾਲ ਕਿਵੇਂ ਦਾ ਹੁੰਦਾ, ਲੈਬਸ ਕਿਵੇਂ ਦੇ ਹੁੰਦੇ, ਐਨਾਟਮੀ ਡਿਪਾਰਟਮੈਂਟ ਕਿਵੇਂ ਦੇ ਹੁੰਦੇ, ਇਹ ਸਾਰਾ ਕੁਝ ਤੁਸੀਂ ਇੱਥੇ ਦਾ ਨਜ਼ਾਰਾ ਵੇਖੋਗੇ। ਪਹਿਲੇ ਮੈਂ ਤੁਹਾਨੂੰ ਆਪਣੇ ਦੋਸਤਾਂ ਨੂੰ ਮਿਲਾਉਂਦਾ ਜਿਨ੍ਹਾਂ ਨਾਲ ਅਸੀਂ ਆਏ ਹਾਂ ਕਾਲਜ ਦੇ ਵਿੱਚ, ਆਏ ਹਾਂ ਕਿ ਵਿਜ਼ਿਟ ਕਰਨ ਆਏ ਹਾਂ। ਕਾਫੀ ਦਿਨਾਂ ਬਾਅਦ ਦਿਲ ਕਰ ਰਿਹਾ ਸੀ ਕਾਲਜ ਦਾ, ਦਿਲ ਉਦਾਸ ਹੋ ਗਿਆ ਸੀਗਾ ਕਿ ਜਾ ਕੇ ਕਾਲਜ ਵੇਖ ਆਈਏ। ਕੀ ਕਰਨਾ ਹੈ ਇਹਦੇ ਵਿੱਚ? ਆਹ ਸੁਲਤਾਨ ਜ਼ਫਰ ਹੈ, ਇਹ ਮੋਇਨ ਹਨੀਫ ਹੈ, ਇਹ ਮੁਨੀਬ ਰਹਿਮਾਨ ਹੈ, ਇਹ ਤਿੰਨੋਂ ਆਪਣੇ ਦੋਸਤ ਨੇ, ਕਲਾਸ ਫੈਲੋ ਵੀ ਨੇ। ਤੇ ਦੋਸਤੋ ਮੈਂ ਤਾਂ ਇੱਥੇ ਨਵਾਂ ਅਪਗ੍ਰੇਡ ਹੋਇਆ ਵਾਂ, ਮੈਂ ਅੱਜ ਤੱਕ ਕਾਲਜ ਵੀ ਨਹੀਂ ਸੀ ਗਿਆ ਹੈਗਾ, ਅਤੇ ਇੱਥੇ ਤਾਂ ਮੈਨੂੰ ਕਾਲਜ ਦਾ ਅਜੇ ਇੰਨਾ ਵੀ ਨਹੀਂ ਪਤਾ ਹੈਗਾ ਕਿ ਇੱਥੇ ਕਿਵੇਂ ਦਾ ਰੈਗਿੰਗ ਦਾ ਹਿਸਾਬ ਕੀ ਆ, ਅਤੇ ਮੈਂ ਆਪਣੇ ਦੋਸਤਾਂ ਕੋਲ ਪੁੱਛਾਂਗਾ ਕਿ ਕਿਵੇਂ ਦਾ ਇੱਥੇ, ਤੁਹਾਨੂੰ ਦੱਸਣਗੇ ਕਿ ਮੈਡੀਕਲ ਕਾਲਜ ਇਸ ਦੇ ਵਿੱਚ ਕਿਵੇਂ ਹੁੰਦੀ ਆ ਰੈਗਿੰਗ। ਬਤਾਓ ਮੋਇਨ ਸਾਹਿਬ। ਯਾਰ ਐਕਚੁਅਲੀ ਮੈਡੀਕਲ ਲਾਈਫ ਚਲੋ ਬਤਾਓ ਆਪ ਬਤਾਓ। ਐਕਚੁਅਲੀ ਸੀਨ ਐਸਾ ਹੈ ਕਿ ਮੈਡੀਕਲ ਲਾਈਫ ਆਪਕੋ ਪਤਾ ਹੈ ਯਾਰ, ਜੈਸਾ ਕਿ ਵਹੀਦ ਬਤਾ ਰਹੇ ਆਪਕੋ, ਮੈਂ ਆਪਕੋ ਫਸਟ ਡੇ ਤੇ ਬਤਾਤਾ ਹੂੰ। ਯਾਰ ਜਬ ਪਹਿਲਾ ਦਿਨ ਥਾ ਨਾ ਮੇਰਾ, ਤੋ ਕਾਲਜ ਮੈਂ ਐਂਟਰ ਹੋਏ ਤੋ ਮੈਨੇ ਇਤਨੀ ਸਾਰੀ ਬਾਤਾਂ ਸੁਣੀ ਥੀ ਕਿ ਸੀਨੀਅਰਸ ਹੋਤੇ ਹੈ, ਯੇ ਕਰਤੇ ਹੈ, ਵੋ ਕਰਤੇ ਹੈ, ਕਲਾਸਰੂਮ ਮੈਂ ਬੈਠਣਾ ਹੈ, ਬਾਹਰ ਨਹੀਂ ਨਿਕਲਣਾ, ਚਾਹੇ ਆਪਕੋ ਪਾਣੀ ਪੀਣਾ ਹੋ, ਚਾਹੇ ਵਾਸ਼ਰੂਮ ਜਾਣਾ ਹੋ, ਲੇਕਿਨ ਆਪ ਲੋਗ ਨੇ ਬਾਹਰ ਨਹੀਂ ਨਿਕਲਣਾ, ਕਿਉਂਕਿ ਯਹਾਂ ਫਸਟ ਡੇ ਮੈਂ ਆਪ ਲੋਗ ਪਕੜੇ ਗਏ ਤੋ ਆਪਸੇ ਬਹੁਤ ਬੁਰਾ ਹੋਗਾ। ਇਸ ਲਈ ਪਹਿਲਾ ਦਿਨ ਤੋ ਹਮਾਰਾ ਐਸੇ ਡਰ ਮੇਂ ਗੁਜ਼ਰਾ ਹੈ, ਔਰ ਉੱਪਰ ਸੇ ਬਾਰਿਸ਼ ਹੋ ਗਈ ਥੀ। ਇੱਕ ਸੀਨੀਅਰ ਰੂਮ ਮੈਂ ਆਏ, ਕਲਾਸਰੂਮ ਮੈਂ ਕਹਤੇ ਮੈਮ ਇਸ ਸਟੂਡੈਂਟ ਕੋ ਜੋ ਹੈ ਨਾ ਸਰ ਬੁਲਾ ਰਹੇ ਹੈ, ਪ੍ਰਿੰਸੀਪਲ, ਮਤਲਬ ਕਿ ਉਹ ਇਸ ਤਰ੍ਹਾਂ ਕੇ ਪੈਂਤਰੇ ਅਪਣਾਤੇ ਹੈ ਕਿ ਸਟੂਡੈਂਟ ਕੋ ਬਾਹਰ ਬੁਲਾਤੇ ਹੈ, ਕਿਸੀ ਕੋ ਪ੍ਰਿੰਸੀਪਲ ਕੇ ਨੇਮ ਸੇ, ਕਿਸੀ ਕੋ ਆਫਿਸ ਕੇ ਨੇਮ ਸੇ ਬੁਲਾ ਲੇਤੇ ਹੈ। ਅਪਨਾ ਬਹੁਤ ਬਤਾਓ ਨਾ, ਮੁਝੇ ਬਹੁਤ ਬਤਾਓ ਨਾ, ਗਲੂਟਿਸ ਮੈਕਸਿਮਮ, ਮੁਝੇ ਵੀ ਇਸ ਤਰ੍ਹਾਂ ਬੁਲਾ ਲਿਆ ਕਿ ਇਸ ਕੋ ਜੋ ਹੈ ਨਾ ਪ੍ਰਿੰਸੀਪਲ ਬੁਲਾ ਰਹੇ ਹੈ, ਤੋ ਬਾਹਰ ਬਾਰਿਸ਼ ਹੋ ਰਹੀ ਥੀ, ਮੁਝੇ ਬਾਰਿਸ਼ ਮੈਂ ਬਾਹਰ ਲੈ ਗਏ, ਤਿੰਨ ਚਾਰ ਸੀਨੀਅਰ ਥੇ, ਮੈਂ ਥੋੜਾ ਸਹਿਮਾ ਹੁਆ ਥਾ, ਡਰਾ ਹੁਆ ਥਾ, ਕਿਉਂਕਿ ਫਸਟ ਡੇ ਹੋਤਾ ਹੈ ਤੋ ਕੁਛ ਪਤਾ ਨਹੀਂ ਹੋਤਾ, ਮੁਝੇ ਕਹਤੇ ਹੈ ਚਲ ਭਈ ਇੰਟਰੋ ਕਰ ਆਪਣਾ, ਮੈਨ ਕਾ ਮੇਰਾ ਨਾਮ ਹੋਇਆ, ਉਹ ਕਹਤੇ ਹੈ ਜਿਵ ਇੰਟਰੋ ਹੁੰਦਾ, ਮੈਂ ਫਿਰ ਉੱਥੇ ਪਰੇਸ਼ਾਨ, ਮੈਡੀਕਲ ਲਾਈਫ ਮੇਂ ਰੈਗਿੰਗ ਕਾ ਸੀਨ ਨਾ ਹੋ ਤੋ ਮਜ਼ਾ ਹੀ ਨਹੀਂ ਆਤਾ। ਮੈਂ ਸੱਚ ਬਤਾਊਂ, ਹਮਨੇ ਦੋ ਮਹੀਨੇ ਮੈਡੀਕਲ ਮੇਂ ਗੁਜ਼ਾਰੇ ਹੈ, ਲੇਕਿਨ ਹਮ ਜਸ ਵੋ ਦਿਨ ਯਾਦ ਕਰਤੇ ਹੈ ਜਿਸ ਦਿਨ ਹਮਾਰੀ ਰੈਗਿੰਗ ਹੋਈ ਥੀ। ਚਲੋ ਮੈਂ ਆਪਕੋ ਇੱਕ ਰੈਗਿੰਗ ਕਾ ਸੀਨ ਬਨਾਤਾ ਹੂੰ, ਗਲੂਟਿਸ ਮੈਕਸਿਮਸ ਵਾਲਾ ਬਤਾਓ। ਚਲ ਯਾਰ ਹੋਈ ਦੱਸ ਦਿੰਦਾ ਵੈ, ਯਾਰ ਐਸਾ ਹੋਇਆ, ਮੈਂ ਚੁੱਕੇ ਕਾਲਜ ਕੇ ਵੈਨ ਮੇਂ ਆਤਾ ਜਾਤਾ ਥਾ, ਤੋ ਸਾਰੀ ਆਪਕੋ ਲੋਗ ਪਤਾ ਹੈ ਯਹਾਂ ਗਰਲਸ ਮੈਡੀਕਲ ਕਾਲਜ ਮੇਂ ਕਾਫੀ ਜ਼ਿਆਦਾ ਹੋਤੇ ਹੈ, ਤੋ ਹਮਾਰੀ ਜੋ ਵੈਨ ਥੀ ਉਸਮੇਂ ਮੈਜੋਰਿਟੀ ਗਰਲਸ ਕੀ ਥੀ, ਤਿੰਨ ਚਾਰ ਸਟੂਡੈਂਟ ਥੇ ਜੋ ਸੀਨੀਅਰ ਥੇ ਬੋਆਇਜ਼ ਥੇ, ਤੋ ਮੈਂ ਉਨ੍ਹੀਂ ਕੇ ਸਾਥ ਹੀ ਜਾਤਾ ਥਾ ਵੈਨ ਮੇਂ। ਤੋ ਐਸਾ ਹੋਇਆ ਇੱਕ ਦਿਨ ਇੱਕ ਸੀਨੀਅਰ ਲੜਕੀ ਨੇ ਮੁਝੇ ਖੜਾ ਕਰ ਦਿਆ, ਚਲੋ ਸਾਹਮਣੇ ਖੜੇ ਹੋ ਜਾਓ, ਆਪਣਾ ਇੰਟਰੋ ਕਰਵਾਓ। ਫਿਰ ਮੁਝੇ ਕਹਾ, ਕਿਉਂਕਿ ਅਭੀ ਤੋ ਨਏ ਨਏ ਦਿਨ ਥੇ, ਮੇਰਾ ਫਸਟ ਦਿਨ ਥਾ, ਤੋ ਮੁਝੇ ਕਹਾ ਗਿਆ ਕਿ ਯੇ ਇਸਕੋ ਕਹਤੇ ਹੈ ਗਲੂਟੀਅਸ ਮੈਕਸਿਮਸ, ਯੇ ਇੱਕ ਗਲੂਟੀਅਸ ਮੈਕਸਿਮਸ ਕਾ ਪਤਾ ਨਹੀਂ ਥਾ, ਕਿਉਂਕਿ ਮੇਰੀ ਮਾਂ ਪਹਿਲਾ ਦਿਨ ਥਾ, ਹਮਨੇ ਜਾ ਕੇ ਅਭੀ ਪੜਾਇਆ ਕਿ ਗਲੂਟੀਅਸ ਮੈਕਸਿਮਸ ਹੋਤੇ ਹੀ ਗਿਆ, ਉਸ ਵਕਤ ਨਹੀਂ ਪਤਾ ਨਹੀਂ ਥਾ, ਤੋ ਮੁਝੇ ਕਹਾ ਗਿਆ ਕਿ ਇਸਕੋ ਕਹਤੇ ਹੈ ਗਲੂਟੀਅਸ ਮੈਕਸਿਮਸ ਐਨਾਟਮੀ ਲੈਂਗੁਏਜ ਮੇਂ, ਮੁਝੇ ਉਸ ਵਕਤ ਪਤਾ ਨਹੀਂ ਥਾ, ਤੋ ਮੁਝੇ ਕਹਾ ਗਿਆ ਆਪਣੀ ਗਲੂਟੀਅਸ ਮੈਕਸਿਮਸ ਕੀ ਤਾਰੀਫੇ ਕਰੋ, ਬਚਪਨ ਸੇ ਲੈ ਕੇ ਅਬ ਤੱਕ ਕਿਆ ਹੁਆ ਹੈ ਸਭ ਬਤਾਨਾ ਆਪਨੇ, ਤੋ ਮੈਂ ਸ਼ੁਰੂ ਹੋ ਗਿਆ, ਮੁਝੇ ਕਹਾ ਗਿਆ ਖਾਮੋਸ਼ ਨਹੀਂ ਹੋਣਾ, ਮੈਂ ਸ਼ੁਰੂ ਹੋ ਗਿਆ, ਮੈਨੇ ਕਹਾ ਇਸ ਗਲੂਟੀਅਸ ਮੈਕਸਿਮਸ ਕੇ ਸਾਥ ਬਹੁਤ ਜ਼ੁਲਮ ਹੁਆ ਹੈ, ਚਲੋ ਬਤਾਓ ਯਾਰ, ਮੈਂ ਸ਼ੁਰੂ ਹੋ ਗਿਆ, ਮੁਝੇ ਕਹਾ ਗਿਆ ਚੁੱਪ ਨਹੀਂ ਹੋਣਾ, ਮੈਂ ਸ਼ੁਰੂ ਹੋ ਗਿਆ, ਤੋ ਮੈਨੇ ਕਹਾ ਮੈਂ ਜਬ ਛੋਟਾ ਥਾ ਤੋ ਕੋਈ ਇਧਰ ਸੇ ਆਤਾ ਚੂਮ ਕੇ ਚਲਾ ਜਾਤਾ, ਕੋਈ ਇਧਰ ਸੇ ਆਤੇ ਖੈਂਚ ਕੇ ਚਲਾ ਜਾਤਾ ਹੈ, ਜਬ ਛੋਟਾ ਥਾ, ਅਬ ਮੈਂ ਇਸੇ ਫੇਸ ਵਾਸ਼ ਧੋਤਾ ਹੂੰ, ਕਿਸੀ ਕੋ ਹਾਥ ਨਹੀਂ ਲਗਾਨੇ ਦੇਤਾ, ਯੇ ਵੋ ਫਲਾ, ਉਹ ਸਾਰੇ ਇਤਨੀ ਜ਼ੋਰ ਸੇ ਹੱਸ ਰਹੇ ਹੋ, ਸਾਹਮਣੇ ਗਰਲ ਬੈਠੀ ਥੀ, ਔਰ ਸਬਸੇ ਬੜੀ ਬਾਤ ਵੈਨ ਮੇਂ ਇੱਕ ਮੈਮ ਵੀ ਬੈਠੀ ਹੋਈ ਥੀ, ਵੋ ਵੀ ਜ਼ੋਰ ਸੇ ਹੱਸ ਰਹੀ ਥੀ, ਲੇਕਿਨ ਗਲੂਟੀਅਸ ਮੈਕਸਿਮਸ ਪੇ ਲੈਕਚਰ ਹੋ ਰਹਾ ਹੈ, ਗਲੂਟੀਅਸ ਮੈਕਸਿਮਸ ਆਪ ਲੋਗੋਂ ਕੋ ਪਤਾ ਲੱਗ ਜਾਏਗਾ, ਆਪ ਜਾ ਕੇ ਗੂਗਲ ਪੇ ਸਰਚ ਮਾਰੇ ਗਲੂਟੀਅਸ ਮੈਕਸਿਮਸ, ਔਰ ਇਸਕੀ ਹਿਸਟਰੀ ਕਾ ਪਤਾ ਚੱਲ ਜਾਏਗਾ, ਗਲੂਟੀਅਸ ਮੈਕਸਿਮਸ ਜ਼ਿਆਦਾ ਇਤਨੇ ਕਹਾ ਯੇ, ਤੋ ਇਸ ਤਰ੍ਹਾਂ ਹਮਾਰੀ ਮੈਡੀਕਲ ਲਾਈਫ ਗੁਜ਼ਰਤੀ ਹੈ, ਚਿਲ ਮਾਹੌਲ ਵੀ ਹੈ, ਲੇਕਿਨ ਆਪ ਲੋਗੋਂ ਕੋ ਪਤਾ ਹੈ ਕਿਉਂਕਿ ਟਫ ਟਾਈਮ ਹੈ, ਹਮਾਰੇ ਹੱਥ ਮੇਂ ਜ਼ਿੰਦਗੀ ਹੋਤੀ ਹੈ, ਮਤਲਬ ਜ਼ਿੰਦਗੀ ਤੋ ਅੱਲਾ ਦੇਤਾ ਹੈ, ਲੇਕਿਨ ਹਮ ਸਹਾਰਾ ਬਣਤੇ ਹੈ, ਤੋ ਇਸ ਲਈ ਹਮੇਂ ਬਹੁਤ ਜ਼ਿਆਦਾ ਪੜ੍ਹਨਾ ਪੜਤਾ ਹੈ, ਤੋ ਇਸ ਲਈ ਚਿਲ ਵੀ ਹੈ, ਪੜ੍ਹਨਾ ਵੀ ਹੈ, ਥੈਂਕ ਯੂ। ਚਲੋ ਮੈਂ ਸਿਰਫ ਆਪਕੋ ਯੇ ਬਤਾਊਂਗਾ ਕਿ ਯਹਾਂ ਪੇ ਇੰਟਰੋ ਕੈਸੇ ਹੋਤਾ ਹੈ, ਯਾਨੀ ਜੈਸੇ ਹਮਾਰਾ ਹੁਆ ਥਾ,
ये भी रैगिंग का एक हिस्सा है। इंट्रो कैसे देते हैं और ये मुश्किल वक्त होता है कि इंट्रो हमने कैसे देना, आते हुए पता नहीं होता कि इंट्रो हमने कैसे देना है। इंट्रो स्पेशल इसके लिए हमें ट्रेनिंग दी जाती है कि इंट्रो दिया कैसे जाता है। अभी आपको जो कोई गलत बता देना, पहले कहते जाके सीआर से पूछ गया जाके, इंट्रो नहीं पता था कैसे देते हैं। मेरे साथ सेम ऐसा हुआ, मुझे यानी वॉशरूम में मिले एक सीनियर, तो वो मुझे कहते हैं कि इंट्रो दे एनाटॉमिकल पोजीशन में। मुझे नहीं पता था एनाटॉमिकल पोजीशन क्या होती है, तो फिर मैं मुझे बोले जा सीआर से सीख क्या कि इंट्रो कैसे देते हैं। तो फिर सीआर साहब ने मुझे सिखाया कि इंट्रो कैसे देते हैं, एनाटॉमिकल पोजीशन ये होती है हमारी, ऐसे ठहर के हमें इंट्रो देना होता है, बिल्कुल ऐसे स्ट्रेट खड़े होना है। और उसमें हमसे पूछते हैं कि आपका नाम क्या है, बाबा का नाम, वो नहीं पूछते, हमें खुद बताना होता है सारा कुछ। और ये सीधा सीधा नहीं बताना होता, हर वर्ड हर यानी लाइन के बाद हमने बोलना होता है खंबे पे चढ़ के, यानी कि जैसे कि मैं पैदा हुआ खंबे पे चढ़ के, मेरा नाम रखा खंबे पे चढ़ के, मैंने मैट्रिक की खंबे पे चढ़ के, मैंने एफएससी में इतने मार्क्स लिए खंबे पे चढ़ के, बिल्कुल इंट्री टेस्ट में इतने मार्क्स आए खंबे पे चढ़ के, मतलब कि और इससे को गंदा वर्ड भी कह सकते हैं आपको, मतलब और कोई भी वर्ड दे देते हैं, फन जस्ट फन होता है, फन के लिए होता है। मेरे साथ ना सिर्फ ये इंट्रो मुश्किल पड़ जाता था, मुझसे इंट्रो नहीं पास होता था, इंट्रो करते करते मैं थक जाता था, मेरी और रैंक नहीं होती थी, मेरी सिर्फ इंट्रो ही होती रहती थी बस। अगर वो कहते थे अगर एक जगह भी भूला या भूल गया कि मैं पैदा हुआ खंबे पे चढ़ के, अगर कहीं ना लगाया खंबे पे चढ़ के, फिर शुरू इस तरह वो कोई 10-15 बार हमसे बुलवा लेते थे इंट्रो। तो ये गाइस यार चिल माहौल होता है यहाँ पे। और उसके अलावा इंट्रो के बाद जो मेरे साथ हुआ ना, वो रात तकरीबन कोई 1 बज रहा था, मुझे ऐसे पानी वाला वाटर कूलर होता है जो जिसमें ठंडा पानी रखते हैं हम, मुझे उठवाया कहते जाओ बैर गली में बोलो जोर से गरम अंडे यार इस तरह के कमाल के सीन होते हैं यहाँ पे। और यहाँ पे ना हम इधर हमारे कॉलेज के साथ रमान गार्डन है, तो फिर उधर सेंटर में ठहरा दिया, मुझे कहते हैं बोलो ये रमान गार्डन मेरे बाप का है, फिर मैं जोर जोर से ऐसे बोल रहा हूँ, सारे मुझे देख रहे हैं, पागल समझ रहे थे। इस भाई की बारी है कि ये इसके साथ कह रहे थे रैगिंग, ये ऐसे खड़ा वीडियो बनावा आ रहा था, चलो बता तेरे साथ क्या हुआ। इसके साथ काफी फनी माहौल हुआ है, अभी इसकी जुबानी सुनते हैं। यार मेरे साथ ना एक बहुत फनी सीन बना था, कल मेरा फर्स्ट डे था, जब मैं आया तो मुझे सीनियर ने क्लास रूम के अंदर ही पकड़ लिया, तो जहाँ पे सारी गर्ल्स और बॉयज भी बैठे थे, तो मुझसे पता है क्या करवाया गया, मुझे सीनियर ने कहा कि आपने करना है ये 58 रुपया। सारी क्लास हंस हंस के पागल हो गई, और पहली मर्तबा गर्ल्स के सामने भी करना बहुत ज्यादा, बहुत ही चिल माहौल था, सारे सामने चार लड़के पूरी क्लास गर्ल्स बॉयज बैठी है, और चार लड़के जाके नाच रहे 58 रुपये, यार बहुत ही मजा आया उस दिन। एक मर्तबा फिर सारे कर ले हम, सारे लाइन में खड़े उधर, चल चल ऐसे पढ़ना भी पड़ता है बहुत ज्यादा, ये भी नहीं है, लेकिन कुछ दिन निकल जाए फिर मतलब के कर सकते हैं एंजॉय, आप चिल करते थे क्लास रूम में बहुत ज्यादा हो सकती है। बेस्ट ऑफ लक, हम भी दुआ करते हैं अल्लाह आपको स्टेज तक लेकर आए, हमारे लिए भी दुआ कीजिएगा अपने दोस्त। अल्लाह हाफिज। Till I get up, time is barely on our side. I don't wanna waste what's left. The storms we chase are leading us, and love is all we'll ever trust. Yeah, no, I don't wanna waste what's left. And on we'll go through the wastelands, through the highways, till my shadow turns to sun rays. And I...
through the highways till my shadow turns to sun rays, and on we'll go. Through the highways, till my shadow turns to sun rays.